ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। 110,000 ਪ੍ਰਵਾਸੀਆਂ ਨੂੰ ਕੈਨੇਡਾ ਦੀ PR ਲਈ ਮਿਲੇ ਸੱਦਾ ਪੱਤਰ। ਐਕਸਪ੍ਰੈਸ ਐਂਟਰੀ ਅਧੀਨ PR ਮਿਲਣ ਦੀ ਗਿਣਤੀ 2.5 ਗੁਣਾ ਹੋਈ। ਐਲਬਰਟਾ ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਤਬਦੀਲੀ ਦਾ ਐਲਾਨ। PR ਲਈ ਨਵੀਂ ਅੰਕ ਆਧਾਰਿਤ ਪ੍ਰਣਾਲੀ 30 ਸਤੰਬਰ ਤੋਂ ਹੋਵੇਗੀ ਸ਼ੁਰੂ। ਕੈਨੇਡਾ ਤੋਂ ਲੁੱਟੇ 400 ਕਿਲੋ ਸੋਨੇ ਦਾ ਕੇਸ ਅਮਰੀਕਾ 'ਚ ਵੀ ਸ਼ੁਰੂ। ਪੈਨਸਲਵੇਨੀਆ ਪੁਲਿਸ ਦੀ ਹਿਰਾਸਤ 'ਚ ਹੈ ਇੱਕ ਕੈਨੇਡੀਅਨ। ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਨਾਲ ਵਰਤ ਗਿਆ ਭਾਣਾ। ਗੱਡੀ ਦੀ ਫੇਟ ਵੱਜਣ ਨਾਲ ਹੋਈ ਡਰਾਈਵਰ ਦੀ ਦਰਦਨਾਕ ਮੌਤ। ਕੈਨੇਡਾ 'ਚ ਐਕਸਪ੍ਰੈਸ ਐਂਟਰੀ ਅਧੀਨ PR ਲਈ ਸੱਦੇ ਭੇਜਣ ਦੀ ਰਫ਼ਤਾਰ ਤੇਜ਼ ਹੋ ਚੁੱਕੀ ਹੈ ਅਤੇ 2022 ਦੇ ਮੁਕਾਬਲੇ 2023 'ਚ 2.5 ਗੁਣਾ ਵੱਧ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ। ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਕੋਲ ਪੁੱਜੀਆਂ 488,000 ਤੋਂ ਵੱਧ ਵੀਜ਼ਾ ਅਰਜ਼ੀਆਂ 'ਚੋਂ ਤਕਰੀਬਨ 1,45,000 ਰੱਦ ਕਰ ਦਿੱਤੀਆਂ ਗਈਆਂ। ਐਕਸਪ੍ਰੈਸ ਐਂਟਰੀ ਅਧੀਨ 2022 'ਚ 46,539 PR ਦੇ ਸੱਦੇ ਭੇਜੇ ਗਏ ਅਤੇ 2023 'ਚ ਇਹ ਅੰਕੜਾ 136% ਵੱਧ ਗਿਆ ਅਤੇ 110,266 ਜਣਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਸੱਦਾ ਦਿੱਤਾ ਗਿਆ। ਸਭ ਤੋਂ ਜ਼ਿਆਦਾ ਸੱਦੇ ਕੈਨੇਡਾ 'ਚ ਮੌਜੂਦ ਪ੍ਰਵਾਸੀਆਂ ਨੂੰ ਹੀ ਮਿਲੇ, ਜਿਨ੍ਹਾਂ ਦੀ ਗਿਣਤੀ 76,791 ਦਰਜ ਕੀਤੀ ਗਈ। PR ਦੇ 40,000 ਸੱਦੇ ਕੈਨੇਡੀਅਨ ਐਕਸਪੀਰੀਅੰਸ ਪ੍ਰੋਗਰਾਮ ਅਧੀਨ ਜਾਰੀ ਕੀਤੇ ਗਏ, ਜਦਕਿ 26,445 ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਧੀਨ ਦਿੱਤੇ ਗਏ। ਇਸ ਤੋਂ ਇਲਾਵਾ 17,898 PR ਦੇ ਸੱਦੇ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ ਅਧੀਨ ਜਾ ਰਹੇ ਹੋਏ। ਕੋਪਰੀਹੈਂਸਿੰਗ ਰੈਂਕਿੰਗ ਸਿਸਟਮ ਦਾ ਸਕੋਰ 300 ਤੋਂ 550 ਦਰਮਿਆਨ ਰਿਹਾ ਅਤੇ 93% ਉਮੀਦਵਾਰ ਇਸ ਅਧੀਨ ਆਏ। ਔਸਤ ਸਕੋਰ 500 ਤੋਂ ਟੱਪਦਾ ਨਜ਼ਰ ਆਇਆ ਅਤੇ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀਆਂ ਨੂੰ ਲੱਖ ਯਤਨਾਂ ਦੇ ਬਾਵਜੂਦ PR ਦਾ ਸੱਦਾ ਨਹੀਂ ਮਿਲ ਸਕਿਆ। ਕੰਪਿਊਟਰ ਟੈਕ ਸੈਕਟਰ ਅਤੇ ਫਾਈਨਾਂਸ ਸੈਕਟਰ 'ਚ ਸਭ ਤੋਂ ਵੱਧ PR ਦੇ ਸੱਦੇ ਗਏ, ਜਦਕਿ ਪੁਰਸ਼ਾਂ ਅਤੇ ਔਰਤਾਂ ਦੀ ਤੁਲਨਾ ਕੀਤੀ ਜਾਵੇ ਤਾਂ PR ਦੇ ਸੱਦਾ ਹਾਸਲ ਕਰਨ ਵਾਲਿਆਂ 'ਚੋਂ 57% ਪੁਰਸ਼ ਅਤੇ 43% ਔਰਤਾਂ ਸ਼ਾਮਲ ਸਨ। ਇਮੀਗ੍ਰੇਸ਼ਨ ਵਿਭਾਗ ਵੱਲੋਂ 2023 ਬਾਰੇ ਜਾਰੀ ਇੱਕ ਰਿਪੋਰਟ 'ਚ 15 ਕਿੱਤਿਆਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਅਧੀਨ ਸਭ ਤੋਂ ਵੱਧ PR ਦੇ ਸੱਦੇ ਭੇਜੇ ਗਏ ਅਤੇ ਇਹਨਾਂ 'ਚੋਂ 10 ਨੂੰ TR1 'ਚ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਮੁਲਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ PR ਦਾ ਸੱਦਾ ਹਾਸਲ ਕਰਨ 'ਚ ਭਾਰਤੀ ਸਭ ਤੋਂ ਅੱਗੇ ਰਹੇ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 76,000 ਤੋਂ ਵੱਧ ਉਮੀਦਵਾਰਾਂ 'ਚੋਂ ਅੱਧੇ ਤੋਂ ਜ਼ਿਆਦਾ ਭਾਰਤੀ ਸਨ ਅਤੇ ਭਾਰਤ 'ਚ ਮੌਜੂਦ 7,394 ਉਮੀਦਵਾਰਾਂ ਨੂੰ PR ਦਾ ਸੱਦਾ ਵੱਖਰੇ ਤੌਰ 'ਤੇ ਮਿਲਿਆ। ਤੀਜਾ ਸਥਾਨ ਕੈਮਰੂਨ ਦਾ ਰਿਹਾ, ਜਿੱਥੋਂ 3,828 ਪ੍ਰਵਾਸੀਆਂ ਨੂੰ PR ਲਈ ਸੱਦੇ ਭੇਜੇ ਗਏ। ਚੌਥੇ ਸਥਾਨ 'ਤੇ ਨਾਈਜੀਰੀਆ ਰਿਹਾ, ਜਿਸ ਦੇ 3,822 ਨਾਗਰਿਕਾਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦਾਖਲ ਕਰਨ ਦਾ ਸੱਦਾ ਭੇਜਿਆ ਗਿਆ। ਐਲਬਰਟਾ ਪ੍ਰੋਵਿੰਸ ਵੱਲੋਂ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਤਬਦੀਲੀ ਕਰਨ ਦਾ ਐਲਾਨ ਕੀਤਾ ਗਿਆ ਹੈ। 30 ਸਤੰਬਰ 2024 ਤੋਂ ਨਵੇਂ ਨਿਯਮਾਂ ਅਨੁਸਾਰ ਇੱਕ ਨਵਾਂ ਅੰਕ ਆਧਾਰਿਤ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਲਾਗੂ ਹੋਵੇਗਾ, ਜਿਸ ਮੁਤਾਬਕ ਬਿਨੈਕਾਰਾਂ ਨੂੰ ਵੱਖ ਵੱਖ ਚੀਜ਼ਾਂ ਦੇ ਅੰਕ ਮਿਲਣਗੇ। ਜਾਣਕਾਰੀ ਮੁਤਾਬਕ ਬਿਨੈਕਾਰਾਂ ਦੀਆਂ ਅਰਜ਼ੀਆਂ ਦੀ ਅੰਕਾਂ ਮੁਤਾਬਕ ਦਰਜਾਬੰਦੀ ਕੀਤੀ ਜਾਵੇਗੀ। ਸੂਬੇ 'ਚ ਕਾਮਿਆਂ ਦੀ ਲੋੜ ਦੇ ਆਧਾਰ 'ਤੇ ਵੀ PR ਲਈ ਅਪਲਾਈ ਕਰਨ ਲਈ ਸੱਦਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਇਮੀਗ੍ਰੇਸ਼ਨ ਪ੍ਰਣਾਲੀ 2 ਤਰੀਕੇ ਨਾਲ ਕੰਮ ਕਰਦੀ ਹੈ। ਜਿੱਥੇ ਫੈਡਰਲ ਪੱਧਰ ਉੱਪਰ PR ਲਈ ਵੱਖ ਵੱਖ ਪ੍ਰੋਗਰਾਮ ਚੱਲਦੇ ਨੇ, ਉੱਥੇ ਹੀ ਸੂਬਿਆਂ ਦੇ ਆਪਣੇ ਪ੍ਰੋਗਰਾਮ ਹੁੰਦੇ ਨੇ। ਦੋਵਾਂ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਹੀ ਸਾਲਾਨਾ ਟੀਚੇ ਨਿਰਧਾਰਿਤ ਹੁੰਦੇ ਨੇ। ਕੈਨੇਡਾ ਵੱਲੋਂ 2024 ਦੌਰਾਨ 485,000 ਵਿਅਕਤੀਆਂ ਨੂੰ PR ਦੇਣ ਦਾ ਟੀਚਾ ਹੈ। ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਇਸ ਸਮੇਂ 9 ਸ਼੍ਰੇਣੀਆਂ ਨੇ। ਇਸ ਤੋਂ ਪਹਿਲਾਂ ਅੰਕਾਂ ਉੱਪਰ ਆਧਾਰਿਤ ਕੋਈ ਸਿਸਟਮ ਨਹੀਂ ਸੀ ਅਤੇ ਯੋਗਤਾ ਪੂਰੀ ਕਰਦੇ ਸਾਰੇ ਬਿਨੈਕਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਂਦੀਆਂ ਸਨ।
ਹੋਰਨਾਂ ਪ੍ਰੋਵਿੰਸਿਸ 'ਚ ਅੰਕ ਆਧਾਰਿਤ ਸਿਸਟਮ ਹਨ ਅਤੇ ਅਜਿਹੇ 'ਚ PR ਲਈ ਬਿਨੇਕਾਰਾਂ ਨੂੰ ਇੱਕ ਚੁਣੌਤੀਪੂਰਨ ਪ੍ਰਕਿਰਿਆ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ 'ਚ ਅਲਬਰਟਾ ਬਹੁਤ ਸਾਰੇ ਬਿਨੇਕਾਰਾਂ ਦੀ ਪਹਿਲੀ ਪਸੰਦ ਬਣ ਗਿਆ ਸੀ। ਬਹੁਤ ਸਾਰੇ ਵਿਦਿਆਰਥੀ ਹੋਰਨਾਂ ਸੂਬਿਆਂ ਤੋਂ ਅਲਬਰਟਾ 'ਚ ਜਾ ਕੇ PR ਹਾਸਲ ਕਰਨ ਲਈ ਅਰਜ਼ੀ ਦੇ ਰਹੇ ਸਨ। ਸੂਬੇ 'ਚ ਕੀਤੀ ਗਈ ਇਸ ਤਬਦੀਲੀ ਨੂੰ ਵੱਧਦੀਆਂ ਅਰਜ਼ੀਆਂ ਦੀ ਗਿਣਤੀ ਅਤੇ ਆਬਾਦੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। 2023 ਦੌਰਾਨ ਸੂਬੇ ਦੀ ਆਬਾਦੀ ਨੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਸੀ। 2023 ਦੌਰਾਨ ਸੂਬੇ ਦੀ ਆਬਾਦੀ 4.8 million ਤੋਂ ਵੱਧ ਦਰਜ ਕੀਤੀ ਗਈ। ਇਸ ਨਾਲ 4,07,69,890 ਤੱਕ ਪਹੁੰਚ ਗਈ। ਇਸ ਸਾਲ ਫਰਵਰੀ ਮਹੀਨੇ ਤੋਂ ਸੂਬੇ ਦੇ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ। 15 February 2024 ਨੂੰ ਅਚਾਨਕ ਹੀ ਪ੍ਰੋਗਰਾਮ ਉੱਪਰ ਰੋਕ ਲਗਾਉਂਦਿਆਂ ਨਵੀਆਂ ਅਰਜ਼ੀਆਂ ਨਾ ਲੈਣ ਦੀ ਘੋਸ਼ਣਾ ਕਰ ਦਿੱਤੀ ਗਈ। ਫਿਰ 3 June ਨੂੰ ਪ੍ਰੋਗਰਾਮ ਦੇ ਮੁੜ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ। ਉਸ ਮੌਕੇ ਵੀ ਪ੍ਰੋਗਰਾਮ 'ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ। ਇਸ ਐਲਾਨ ਤੋਂ ਬਾਅਦ ਰਲਵੀਂ ਮਿਲਵੀਂ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਬਹੁਤ ਸਾਰੇ ਬਿਨੇਕਾਰ ਹੁਣ ਲਗਾਤਾਰ ਡਰਾ ਆਉਣ ਦੀ ਆਸ ਕਰ ਰਹੇ ਨੇ। ਕੁਝ ਬਿਨੇਕਾਰ ਜੋ ਹੋਰਨਾਂ ਸੂਬਿਆਂ ਤੋਂ PR ਹਾਸਲ ਕਰਨ ਲਈ ਅਲਬਰਟਾ ਜਾਣ ਬਾਰੇ ਸੋਚ ਰਹੇ ਸਨ ਵੀ ਫਿਲਹਾਲ ਦੁਚਿੱਤੀ 'ਚ ਦੇਖੇ ਜਾ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਤੌਰ 'ਤੇ ਆਏ ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਨਵੀਂ ਅੰਕ ਆਧਾਰਿਤ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਆਉਣ 'ਤੇ ਹੀ ਕੋਈ ਫੈਸਲਾ ਲਵੇਗਾ। ਜੂਨ ਮਹੀਨੇ ਦੌਰਾਨ ਐਲਾਨ ਕੀਤਾ ਗਿਆ ਸੀ ਕਿ 2024 ਦੇ ਰਹਿੰਦੇ ਮਹੀਨਿਆਂ ਦੌਰਾਨ ਹਰ ਮਹੀਨੇ ਇੱਕ ਨਿਸ਼ਚਿਤ ਦਿਨ ਨੂੰ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਅਰਜ਼ੀਆਂ ਦੀ ਗਿਣਤੀ ਵੀ ਸੀਮਿਤ ਕੀਤੀ ਗਈ ਸੀ। 2024 ਦੌਰਾਨ ਅਲਬਰਟਾ ਵੱਲੋਂ  9,750 ਵਿਅਕਤੀਆਂ ਨੂੰ PR ਲਈ ਨਾਮਜ਼ਦ ਕੀਤਾ ਜਾਵੇਗਾ। ਵਿਭਾਗ ਦੀ ਵੈਬਸਾਈਟ ਮੁਤਾਬਕ ਹੁਣ ਤੱਕ 6,594 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸੰਬੰਧਿਤ ਇੱਕ ਮੁਕੱਦਮਾ ਅਮਰੀਕਾ 'ਚ ਵੀ ਸ਼ੁਰੂ ਹੋ ਰਿਹਾ ਹੈ ਅਤੇ ਪੈਨਸਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਅਤੇ ਪ੍ਰਸਾਦ ਪਰਮਲਿੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ 'ਚ ਮੌਜੂਦ ਨੇ। ਦੱਸਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇੱਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਨਸਲਵੇਨੀਆ ਪੁਲਿਸ ਦੀ ਹਿਰਾਸਤ 'ਚ ਹੈ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਅਮਰੀਕਾ 'ਚ ਗ੍ਰਿਫਤਾਰ ਕਿੰਗ ਮੈਕਲੇਨ ਦੀ ਹਵਾਲਗੀ ਚਾਹੁੰਦੀ ਹੈ ਜੋ ਸੰਭਾਵਿਤ ਤੌਰ 'ਤੇ ਲੁੱਟ ਦੌਰਾਨ ਵਰਤਿਆ ਟਰੱਕ ਚਲਾ ਰਿਹਾ ਸੀ। ਫਲੋਰੀਡਾ ਦੀ ਇੱਕ ਔਰਤ ਨੂੰ ਕਿੰਗ ਮੈਕਲੇਨ ਦੀ ਸਹਾਇਕ ਮੰਨਿਆ ਜਾ ਰਿਹਾ ਹੈ ਪਰ ਉਸ ਵਿਰੁੱਧ ਕੈਨੇਡਾ 'ਚ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ। ਪੀਲ ਰੀਜਨਲ ਪੁਲਿਸ ਵੱਲੋਂ 4 ਮਹੀਨੇ ਪਹਿਲਾਂ 400 ਕਿਲੋ ਸੋਨੇ ਦੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਤਾਂ ਅਮਰੀਕਾ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਸੋਨੇ ਦਾ ਕੁਝ ਹਿੱਸਾ ਵੇਚ ਕੇ ਅਮਰੀਕਾ ਤੋਂ ਹਥਿਆਰ ਖਰੀਦੇ ਗਏ ਪਰ ਇਹ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਫੜੇ ਗਏ। ਅਮਰੀਕਾ ਦੇ ਨਿਆਂ ਵਿਭਾਗ ਨੇ ਦੋਸ਼ ਲਾਇਆ ਹੈ ਕਿ ਪ੍ਰਸਾਦ ਪਰਮਲਿੰਗਮ ਅਤੇ ਹੋਰਨਾਂ ਵੱਲੋਂ ਅਪ੍ਰੈਲ 2023 ਦੇ ਵਿੱਚ ਅਮਰੀਕਾ ਤੋਂ ਕੈਨੇਡਾ ਹਥਿਆਰਾਂ ਦੀ ਤਸਕਰੀ ਕਰਨ ਦਾ ਯਤਨ ਕੀਤਾ ਗਿਆ। ਹੈਲੀਫੈਕਸ ਦੀ ਡਲਹੌਜ਼ੀ ਯੂਨੀਵਰਸਿਟੀ 'ਚ ਕਾਨੂੰਨ ਦੇ ਪ੍ਰੋਫੈਸਰ ਰੌਬਰਟ ਕਰੀ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਹਵਾਲਗੀ ਪ੍ਰਕਿਰਿਆ 'ਚ ਬਹੁਤ ਸਮਾਂ ਲੱਗ ਸਕਦਾ ਹੈ। ਇਸ ਵੇਲੇ ਔਸਤ ਸਮਾਂ 18 ਮਹੀਨੇ ਤੋਂ 3 ਸਾਲ ਦਰਮਿਆਨ ਚੱਲ ਰਿਹਾ ਹੈ ਅਤੇ ਜੇ ਕਿਸੇ ਸ਼ੱਕੀ ਨੇ ਹਵਾਲਗੀ ਵਿਰੁੱਧ ਅਪੀਲ ਕਰ ਦਿੱਤੀ ਤਾਂ ਸਮਾਂ ਹੋਰ ਵੀ ਵੱਧ ਸਕਦਾ ਹੈ। ਟੋਰਾਂਟੋ ਦੇ ਕ੍ਰਿਮੀਨਲ ਡਿਫੈਂਸ ਲਾਇਰ ਲੀਓ ਐਡਲਰ ਦਾ ਵੀ ਇਹੀ ਮੰਨਣਾ ਹੈ ਕਿ ਕੋਈ ਹੋਰ ਰਾਹ ਬਾਕੀ ਨਾ ਬਚਣ 'ਤੇ ਹਵਾਲਗੀ ਵਾਲਾ ਰਸਤਾ ਚੁਣਿਆ ਜਾਵੇ। ਉਹਨਾਂ ਕਿਹਾ ਕਿ ਜੇ ਕੈਨੇਡਾ ਸਰਕਾਰ ਦੋਸ਼ ਵਾਪਸ ਲੈ ਲੈਂਦੀ ਹੈ ਤਾਂ ਸ਼ੱਕੀਆਂ ਨੂੰ ਅਮਰੀਕਾ ਭੇਜਣ ਦਾ ਰਾਹ ਸੌਖਾ ਹੋ ਜਾਵੇਗਾ। ਦੱਸ ਦਈਏ ਕਿ ਕੈਨੇਡਾ ਤੋਂ ਹਵਾਲਗੀ ਰਾਹੀਂ ਕਿਸੇ ਸ਼ੱਕੀ ਨੂੰ ਅਮਰੀਕਾ ਦੇ ਸਪੁਰਦ ਕਰਨ ਲਈ 3 ਪੜਾਵਾਂ 'ਚੋਂ ਲੰਘਣਾ ਪੈਂਦਾ ਹੈ। ਸਭ ਤੋਂ ਪਹਿਲਾਂ ਫੈਡਰਲ ਜਸਟਿਸ ਸਿਸਟਮ ਤੋਂ ਹਵਾਲਗੀ ਬਾਰੇ ਸੁਣਵਾਈ ਦੀ ਪ੍ਰਵਾਨਗੀ ਲੈਣੀ ਹੁੰਦੀ ਹੈ। ਇਸ ਕੰਮ 'ਚ 30 ਦਿਨ ਲੱਗ ਸਕਦੇ ਨੇ। ਫਿਰ ਮਾਮਲਾ ਅਦਾਲਤ 'ਚ ਪੁੱਜ ਜਾਂਦਾ ਹੈ ਅਤੇ ਜੱਜ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਸੰਬੰਧਿਤ ਸ਼ੱਕੀ ਨੂੰ ਗੁਆਂਢੀ ਮੁਲਕ ਦੇ ਸਪੁਰਦ ਕੀਤਾ ਜਾਵੇ ਜਾਂ ਨਹੀਂ।
ਇਸ ਮਗਰੋਂ ਮਾਮਲਾ ਕੈਨੇਡਾ ਦੇ ਨਿਆਂ ਮੰਤਰੀ ਕੋਲ ਆਉਂਦਾ ਹੈ ਅਤੇ ਜੇ ਮਾਮਲਾ ਤੈਅ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ ਤਾਂ ਸ਼ੱਕੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਅਰਚਿਤ ਗਰੋਵਰ ਅਤੇ ਪ੍ਰਸਾਦ ਪਰਮਾਲਿੰਗਮ ਤੋਂ ਬਗੈਰ ਅਮਰੀਕਾ ਦੀ ਅਦਾਲਤ 'ਚ ਮੁਕੱਦਮਾ ਸ਼ੁਰੂ ਹੋਵੇਗਾ ਅਤੇ ਜੇ ਕਿੰਗ ਮੈਕਲਿਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਦੋਹਾਂ ਨੂੰ ਕੈਨੇਡਾ ਤੋਂ ਅਮਰੀਕਾ ਲਿਜਾਣਾ ਸੌਖਾ ਹੋ ਸਕਦਾ ਹੈ। ਫਿਰ ਵੀ ਦੋਹਾਂ ਮੁਲਕਾਂ ਦੇ ਸਰਕਾਰੀ ਵਕੀਲਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਸੋਨੇ ਦੀ ਲੁੱਟ ਅਤੇ ਸੋਨਾ ਵੇਚ ਕੇ ਹਥਿਆਰ ਖਰੀਦਣ ਦੇ ਅਪਰਾਧ ਵੱਖੋ ਵੱਖਰੇ ਸਮੇਂ 'ਤੇ ਕੀਤੇ ਗਏ। ਕੈਨੇਡਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰੋਜ਼ੀ ਰੋਟੀ ਕਮਾਉਣ ਲਈ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤੇਜ਼ਬੀਰ ਸਿੰਘ ਵਜੋਂ ਹੋਈ ਹੈ ਜੋ ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਮਨਿਆਲਾ ਜੈ ਸਿੰਘ ਦਾ ਰਹਿਣ ਵਾਲਾ ਹੈ। ਜਿਵੇਂ ਹੀ ਇਹ ਖਬਰ ਪਰਿਵਾਰਕ ਮੈਂਬਰਾਂ ਕੋਲ ਪੁੱਜੀ ਤਾਂ ਉਹਨਾਂ 'ਤੇ ਦੁੱਖ ਦਾ ਪਹਾੜ ਟੁੱਟ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਤੇਜ਼ਬੀਰ ਸਿੰਘ ਕੈਨੇਡਾ 'ਚ ਬਤੌਰ ਟਰੱਕ ਡਰਾਈਵਰ ਕੰਮ ਕਰਦਾ ਸੀ। ਮ੍ਰਿਤਕ ਦੀ ਪਤਨੀ ਜਗਰੂਪ ਕੌਰ ਪਹਿਲਾਂ ਹੀ ਕੈਨੇਡਾ ਗਈ ਹੋਈ ਸੀ। ਉਸ ਨੇ ਹੀ ਕਰੀਬ 2 ਸਾਲ ਪਹਿਲਾਂ ਤੇਜ਼ਬੀਰ ਸਿੰਘ ਨੂੰ ਆਪਣੇ ਕੋਲ ਕੈਨੇਡਾ ਬੁਲਾਇਆ ਸੀ। ਤੇਜ਼ਬੀਰ ਸਿੰਘ ਕੈਨੇਡਾ 'ਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਸਦਾ ਵਧੀਆ ਕੰਮਕਾਰ ਚੱਲ ਰਿਹਾ ਸੀ, ਪਰ ਕਿਸੇ ਨੂੰ ਕੀ ਪਤਾ ਸੀ ਕਿ ਮੌਤ ਉਸਦੇ ਸਾਰੇ ਸੁਪਨਿਆਂ ਨੂੰ ਚਕਨਾਚੂਰ ਕਰ ਦੇਵੇਗੀ। ਜਾਣਕਾਰੀ ਮੁਤਾਬਕ ਤੇਜ਼ਬੀਰ ਸਿੰਘ ਕੈਨੇਡਾ ਤੋਂ ਟਰਾਲਾ ਲੈ ਕੇ ਅਮਰੀਕਾ ਗਿਆ ਹੋਇਆ ਸੀ, ਜਿੱਥੇ ਅਮਰੀਕਾ 'ਚ ਉਸ ਨੂੰ ਰੋਡ ਪਾਰ ਕਰਦੇ ਸਮੇਂ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਬੀਤੀ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਵੱਲੋਂ ਤੇਜ਼ਬੀਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਪੰਜਾਬ ਲਿਆਉਣ ਦੀ ਮੰਗ ਕਰਦਿਆਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਲੜਕੀ ਅਧਰੰਗ ਤੋਂ ਪੀੜਿਤ ਹੈ, ਜਿਸ ਕਰਕੇ ਹੁਣ ਉਹਨਾਂ ਦਾ ਇਕਲੌਤਾ ਪੁੱਤਰ ਤੇਜ਼ਬੀਰ ਹੀ ਉਹਨਾਂ ਦਾ ਸਹਾਰਾ ਸੀ, ਜਿਸ ਨੂੰ ਕੁਝ ਜ਼ਮੀਨ ਵੇਚ ਕੇ ਅਤੇ ਕੁਝ ਗਹਿਣੇ ਕਰਕੇ ਵਿਦੇਸ਼ ਭੇਜਿਆ ਸੀ, ਪਰ ਪਰਮਾਤਮਾ ਨੇ ਉਹ ਵੀ ਉਹਨਾਂ ਕੋਲ ਖੋਲ੍ਹਿਆ। ਤੇਜ਼ਬੀਰ ਦੀ ਮੌਤ ਦੀ ਖਬਰ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਓਲੰਪਿਕ ਖੇਡਾਂ 'ਚ ਹੁਣ ਤੱਕ ਦੀ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਕੈਨੇਡੀਅਨ ਖਿਡਾਰੀਆਂ ਨੇ ਇਤਿਹਾਸ ਸਿਰਜ ਦਿੱਤਾ। ਮੈਡਲ ਜਿੱਤਣ ਵਾਲੇ 84 ਮੁਲਕਾਂ 'ਚੋਂ ਕੈਨੇਡਾ ਨੂੰ 12ਵਾਂ ਸਥਾਨ ਮਿਲਿਆ ਅਤੇ 15 ਵੱਖ-ਵੱਖ ਖੇਡਾਂ 'ਚ ਕੈਨੇਡੀਅਨ ਖਿਡਾਰੀਆਂ ਨੇ ਮੈਡਲ ਜਿੱਤੇ। ਐਤਵਾਰ ਨੂੰ ਖੇਡਾਂ ਦੇ ਸਮਾਪਤੀ ਸਮਾਗਮ ਦੌਰਾਨ ਸਮਰ ਮੈਕਿਨਤੋਸ਼ ਅਤੇ ਕੈਟਸਬਰਗ ਕੈਨੇਡਾ ਦੇ ਝੰਡਾ ਬਰਦਾਰਦ ਬਣੇ। ਖੇਡ ਆਲੋਚਕਾਂ ਮੁਤਾਬਕ ਪੈਰਿਸ ਓਲੰਪਿਕ ਕੈਨੇਡਾ ਲਈ ਯਾਦਗਾਰ ਹੋ ਨਿਬੜਿਆ, ਜਿੱਥੇ 9 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 11 ਬ੍ਰੌਂਜ਼ ਮੈਡਲ ਕੈਨੇਡੀਅਨ ਖਿਡਾਰੀਆਂ ਦੀ ਝੋਲੀ 'ਚ ਪਏ। ਕੈਨੇਡੀਅਨ ਓਲੰਪਿਕ ਕਮੇਟੀ ਦੀ ਪ੍ਰੈਜ਼ੀਡੈਂਟ ਟ੍ਰੀਸ਼ੀਆ ਸਮਿਥ ਨੇ ਕਿਹਾ ਕਿ ਖਿਡਾਰੀਆਂ ਨੇ ਉੱਚੀ ਉਡਾਣ ਭਰੀ, ਪਰ ਕੁਝ ਮਾਮਲਿਆਂ 'ਚ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ। ਇੱਥੋਂ ਤੱਕ ਕਿ ਅਚੰਬੇ ਵੀ ਦੇਖਣ ਨੂੰ ਮਿਲੇ ਅਤੇ ਖੁਸ਼ੀਆਂ ਖੇੜੇ ਦੇ ਨਾਲ ਦਿਲ ਵੀ ਟੁੱਟੇ। ਕੈਨੇਡਾ ਨੇ ਤੈਰਾਕੀ 'ਚ ਸਭ ਤੋਂ ਵੱਧ ਮੈਡਲ ਜਿੱਤੇ ਅਤੇ ਸਮਰ ਮੈਕਿਨਤੋਸ਼ ਨੇ 3 ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਹੈਮਰ ਥਰੋ ਦੇ ਦੋਹਾਂ ਵਰਗਾਂ 'ਚ ਕੈਨੇਡੀਅਨ ਖਿਡਾਰੀਆਂ ਨੇ ਗੋਲਡ ਮੈਡਲ ਜਿੱਤੇ, ਜੋ ਇਤਿਹਾਸ 'ਚ ਪਹਿਲੀ ਵਾਰ ਸੰਭਵ ਹੋ ਸਕਿਆ। ਐਥਲੈਟਿਕਸ 'ਚ ਅਸਫਲ ਨਜ਼ਰ ਆ ਰਹੇ ਆਂਦਰੇ ਗਰਾਸ ਨੇ 4x100 ਮੀਟਰ ਰਿਲੇਅ 'ਚ ਕਮਾਲ ਕਰ ਦਿੱਤੀ ਅਤੇ ਇੱਥੇ ਵੀ ਗੋਲਡ ਮੈਡਲ ਝੋਲੀ 'ਚ ਆਇਆ। ਜੂਡੋ 'ਚ ਕ੍ਰਿਸਟੀਆ ਡੈਗੂਚੀ ਨੇ ਕੈਨੇਡਾ ਦਾ ਪਹਿਲਾ ਹੀ ਗੋਲਡ ਮੈਡਲ ਜਿੱਤਿਆ, ਜਦਕਿ ਕੈਟੀ ਵਿਨਸੈਂਟ ਨੇ ਔਰਤ ਦੀ ਸਪ੍ਰਿੰਟ ਕੈਨੋਏ ਵਿੱਚ ਗੋਲਡ ਮੈਡਲ ਆਪਣੀ ਝੋਲੀ 'ਚ ਪਾਇਆ। ਦੂਜੇ ਪਾਸੇ ਡਰੋਨ ਸਕੈਂਡਲ 'ਚ ਘਿਰੀ ਕੈਨੇਡੀਅਨ ਕੁੜੀਆਂ ਦੀ ਫੁੱਟਬਾਲ ਟੀਮ ਨੂੰ ਖਾਲੀ ਹੱਥ ਘਰ ਪਰਤਣਾ ਪਿਆ। ਕੈਨੇਡੀਅਨ ਓਲੰਪਿਕ ਕਮੇਟੀ ਦੇ ਮੁੱਖ ਕਾਰਜਕਾਰੀ ਅਫਸਰ ਡੇਵਿਡ ਸ਼ੂਮਾਕਰ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਖੇਡਾਂ ਦੀ ਸ਼ੁਰੂਆਤ ਮੌਕੇ ਗਿਣਤੀ ਦਾ ਅੰਦਾਜ਼ਾ ਨਹੀਂ ਸੀ ਲਾਇਆ, ਪਰ ਹੁਣ ਸਮਾਪਤੀ ਮੌਕੇ ਮੈਡਲਾਂ ਦੀ ਗਿਣਤੀ ਤੋਂ ਖੁਸ਼ੀ ਹੋ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਨੇ 40 ਗੋਲਡ ਮੈਡਲਾਂ ਸਣੇ ਕੁੱਲ 126 ਮੈਡਲ ਜਿੱਤਦਿਆਂ ਪੈਰਿਸ ਓਲੰਪਿਕਸ 'ਚ
ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਚੀਨ 91 ਮੈਡਲਾਂ ਨਾਲ ਦੂਜੇ ਸਥਾਨ 'ਤੇ ਰਿਹਾ। 45 ਮੈਡਲਾਂ ਨਾਲ ਜਪਾਨ ਤੀਜੇ ਅਤੇ ਆਸਟ੍ਰੇਲੀਆ ਚੌਥੇ ਸਥਾਨ 'ਤੇ ਰਿਹਾ। ਮੇਜ਼ਬਾਨ ਫਰਾਂਸ ਨੂੰ 16 ਗੋਲਡ ਮੈਡਲਾਂ ਨਾਲ 5ਵਾਂ ਸਥਾਨ ਮਿਲਿਆ। ਕੈਨੇਡਾ 'ਚ ਜ਼ਮਾਨਤ 'ਤੇ ਬਾਹਰ ਆਏ ਸ਼ੱਕੀਆਂ ਵੱਲੋਂ ਮੁੜ ਅਪਰਾਧ ਕੀਤੇ ਜਾਣ ਦਾ ਮਸਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ ਅਤੇ ਬ੍ਰੈਂਪਟਨ ਈਸਟ ਤੋਂ MP ਮਨਿੰਦਰ ਸਿੱਧੂ ਦਾ ਕਹਿਣਾ ਹੈ ਕਿ ਜਿੱਥੇ ਫੈਡਰਲ ਸਰਕਾਰ ਜ਼ਮਾਨਤ ਨਾਲ ਸੰਬੰਧਿਤ ਕਾਨੂੰਨ ਸਖ਼ਤ ਕਰ ਰਹੀ ਹੈ, ਉੱਥੇ ਹੀ ਓਨਟੈਰੀਓ ਸਰਕਾਰ ਨੂੰ ਵੀ ਜੇਲ੍ਹਾਂ ਦੀ ਹਾਲਤ ਸੁਧਾਰ ਵੱਲ ਕਦਮ ਉਠਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖਤਰਨਾਕ ਅਪਰਾਧੀ ਜ਼ਮਾਨਤ 'ਤੇ ਰਿਹਾਅ ਹੋ ਜਾਂਦੇ ਨੇ ਕਿਉਂਕਿ ਸੂਬਾਈ ਜੇਲ੍ਹਾਂ 'ਚ ਹਾਲਾਤ ਬੇਹੱਦ ਨਿੱਗਰ ਚੁੱਕੇ ਨੇ। ਮਨਿੰਦਰ ਸਿੱਧੂ ਨੇ ਕਿਹਾ ਕਿ ਨਿਆਂ ਪ੍ਰਣਾਲੀ ਫੈਡਰਲ ਅਤੇ ਸੂਬਾ ਸਰਕਾਰਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਫੈਡਰਲ ਸਰਕਾਰ ਆਪਣੇ ਪੱਧਰ 'ਤੇ ਔਰਗਨਾਈਜ਼ਡ ਕ੍ਰਾਈਮ ਰੋਕਣ ਅਤੇ ਗੱਡੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਦੇ ਮਕਸਦ ਤਹਿਤ ਸਜ਼ਾਵਾਂ 'ਚ ਵਾਧਾ ਕਰ ਚੁੱਕੀ ਹੈ। ਇਸ ਦੇ ਨਾਲ ਹੀ ਕ੍ਰਿਮੀਨਲ ਕੋਡ ਨੂੰ ਵਧੇਰੇ ਮਜ਼ਬੂਤ ਬਣਾਉਂਦਿਆਂ ਜ਼ਮਾਨਤ ਸ਼ਰਤਾਂ ਸਖ਼ਤ ਕੀਤੀਆਂ ਗਈਆਂ ਨੇ। ਅਦਾਲਤਾਂ ਅਤੇ ਪੁਲਿਸ ਅਫਸਰਾਂ ਨੂੰ ਅਖਤਿਆਰ ਦਿੱਤਾ ਗਿਆ ਕਿ ਵਾਰ ਵਾਰ ਅਪਰਾਧ ਕਰਨ ਵਾਲਿਆਂ ਨੂੰ ਜ਼ਮਾਨਤ 'ਤੇ ਰਿਹਾਅ ਨਾ ਕੀਤਾ ਜਾਵੇ। ਇਹ ਸਾਰੇ ਉਪਰਾਲੇ ਤਾਂ ਹੀ ਅਸਰਦਾਰ ਸਾਬਤ ਹੋਣਗੇ ਜੇ ਓਨਟੈਰੀਓ ਸਰਕਾਰ ਆਪਣੇ ਪੱਧਰ 'ਤੇ ਸੁਧਾਰ ਕਰੇਗੀ। ਫੈਡਰਲ ਅਤੇ ਸੂਬਾ ਸਰਕਾਰਾਂ ਰਲ ਮਿਲ ਕੇ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਦਾ ਉਪਰਾਲਾ ਕਰ ਸਕਦੀਆਂ ਨੇ। ਇੱਥੇ ਦੱਸਣਾ ਬਣਦਾ ਕਿ ਜ਼ਬਰੀ ਵਸੂਲੀ ਦੇ ਮਾਮਲੇ 'ਚ ਗ੍ਰਿਫਤਾਰ ਅਰੁਣਦੀਪ ਥਿੰਦ ਦਾ ਮਾਮਲਾ ਬੇਹੱਦ ਚਰਚਾ 'ਚ ਰਿਹਾ ਜਦੋਂ ਪੁਲਿਸ ਕਰੂਜ਼ਰ ਵਿੱਚੋਂ ਬਾਹਰ ਨਿਕਲਦੇ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ। ਹਾਲਾਂਕਿ ਤਸਵੀਰਾਂ ਪੁਰਾਣੀਆਂ ਸਨ, ਪਰ ਇੱਕ ਵਾਰ ਲੋਕਾਂ ਨੂੰ ਮਹਿਸੂਸ ਹੋਣ ਲੱਗਾ ਕਿ ਖਤਰਨਾਕ ਮਾਮਲਿਆਂ 'ਚ ਗ੍ਰਿਫਤਾਰ ਸ਼ੱਕੀ ਵੀ ਕੁਝ ਹੀ ਦਿਨਾਂ 'ਚ ਬਾਹਰ ਆ ਸਕਦੇ ਨੇ ਅਤੇ ਮੁੜ ਲੋਕਾਂ ਦੀ ਜ਼ਿੰਦਗੀ ਦੁੱਭਰ ਹੋ ਸਕਦੀ ਹੈ। ਟੋਰਾਂਟੋ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਪੂਰਬੀ ਖੇਤਰ 'ਚ ਇੱਕ 21 ਸਾਲਾ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਲੇਕ ਸ਼ੋਰ ਬੁਲੇਵਾਰਡ ਈ ਅਤੇ ਜੋਸਫ ਡੁਗਨ ਰੋਡ ਦੇ ਖੇਤਰ 'ਚ ਇੱਕ ਲੇਨਵੇ 'ਚ ਵੁੱਡਬਾਈਨ ਬੀਚ ਦੇ ਬਿਲਕੁਲ ਉੱਤਰ 'ਚ ਰਾਤ ਨੂੰ ਕਰੀਬ 10:40 'ਤੇ ਵਾਪਰੀ। ਇਹ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ DT ਸਰਜੈਂਟ ਟ੍ਰੇਵਰ ਗਰੀਬ ਨੇ ਆਖਿਆ ਕਿ ਪੁਲਿਸ ਨੇ ਪੀੜਤ ਨੂੰ ਜ਼ਖਮੀ ਹਾਲਤ 'ਚ ਦੇਖਿਆ। ਉਸਦੇ ਛਾਤੀ 'ਚ ਗੋਲੀ ਵੱਜੀ ਹੋਈ ਸੀ, ਜਿਸ ਤੋਂ ਬਾਅਦ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ, ਪਰ ਇਸ ਤੋਂ ਪਹਿਲਾਂ ਹੀ ਉਸ ਨੌਜਵਾਨ ਨੇ ਦਮ ਤੋੜ ਦਿੱਤਾ। ਗਰੀਬ ਨੇ ਆਖਿਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਇਹ ਝਗੜਾ ਜ਼ਿਆਦਾ ਵੱਧ ਗਿਆ। ਪੁਲਿਸ ਦੇ ਮੁਤਾਬਕ ਘਟਨਾ ਸਮੇਂ 2 ਜਾਂ 3 ਸ਼ੱਕੀ ਮੌਜੂਦ ਸਨ। ਪੁਲਿਸ ਨੇ ਪਹਿਲਾਂ ਤਾਂ ਪੀੜਤ ਦੀ ਪਛਾਣ ਨਾ ਹੋਣ ਦੀ ਗੱਲ ਆਖੀ ਸੀ, ਪਰ ਬਾਅਦ 'ਚ ਪੁਲਿਸ ਨੇ ਇੱਕ ਬਿਆਨ 'ਚ ਆਖਿਆ ਕਿ ਉਹ ਕਿਊਬਿਕ ਦਾ ਰਹਿਣ ਵਾਲਾ 21 ਸਾਲਾ ਦਾਸੀਆ ਮਬੰਗੋ ਸੀ। ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਪੁਲਿਸ ਖੇਤਰ ਦੀ ਜਾਂਚ ਕਰਨਾ ਅਤੇ ਗਵਾਹਾਂ ਨਾਲ ਗੱਲ ਕਰਨਾ ਜਾਰੀ ਰੱਖੇਗੀ। ਗਰੀਬ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀਆਂ ਨੇ ਕਾਲੇ ਜਾਂ ਗੂੜੇ ਰੰਗ ਦੇ ਕੱਪੜੇ ਪਾਏ ਹੋਏ ਸਨ, ਪਰ ਉਹ ਹਾਲੇ ਇਸ ਤੋਂ ਜ਼ਿਆਦਾ ਵੇਰਵਾ ਨਹੀਂ ਦੇ ਸਕਦੇ। ਪੁਲਿਸ ਕਤਲ ਵਾਲੀ ਰਾਤ ਤੋਂ ਹੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖੇਤਰ ਦੀ ਜਾਣਕਾਰੀ ਜਾਂ ਕੋਈ ਵੀਡੀਓ ਮੌਜੂਦ ਹੈ ਤਾਂ ਉਹ ਪੁਲਿਸ ਦੇ ਨਾਲ ਸਾਂਝੀ ਕਰਨ, ਤਾਂ ਜੋ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾ ਸਕੇ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ 'ਚ ਟੋਰਾਂਟੋ ਪੁਲਿਸ ਨੇ ਕਿਹਾ ਕਿ ਇਸ ਸਾਲ ਸ਼ਹਿਰ 'ਚ ਹੋਇਆ ਇਹ 52ਵਾਂ ਕਤਲ ਹੈ। ਅਮਰੀਕਾ 'ਚ ਲਾਸ ਏਂਜਲਸ ਤੋਂ ਲੈ ਕੇ ਸੈਨ ਡੀਏਗੋ ਤੱਕ 4.4 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਇਮਾਰਤਾਂ ਹਿੱਲਣ ਲੱਗੀਆਂ ਅਤੇ ਵਾਹਨਾਂ ਦੇ ਅਲਾਰਮ ਵੱਜਣ ਲੱਗੇ। ਹਾਲਾਂਕਿ ਭੂਚਾਲ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ। ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਲਾਸ ਏਂਜਲਸ ਦੇ ਸਿਟੀ ਹਾਲ ਤੋਂ 10.5 ਉੱਤਰ ਪੂਰਬ 'ਚ 12.1 ਕਿਲੋਮੀਟਰ ਦੀ ਗਹਿਰਾਈ 'ਚ ਸੀ। ਪਾਸਾਡੋਨਾ ਦੀ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਸਿਟੀ ਹਾਲ ਦੀ ਇੱਕ ਮੰਜ਼ਿਲ ਤੋਂ ਪਾਣੀ ਲੀਕ ਹੋਣ ਲੱਗਿਆ ਸੀ। ਇਸ ਮੌਕੇ ਇਮਾਰਤ 'ਚੋਂ ਕਰੀਬ 200 ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮੱਧ ਏਸ਼ੀਆ 'ਚ ਸੋਮਵਾਰ ਦੇਰ ਰਾਤ 5.5 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਕਾਰਨ ਕੋਈ ਨੁਕਸਾਨ ਹੋਣ ਦੀ ਘਟਨਾ ਤੋਂ ਬਚਾ ਰਿਹਾ।
ਸੀਰੀਆ ਦੇ ਇੱਕ ਅਧਿਕਾਰਤ ਦਫ਼ਤਰ ਅਨੁਸਾਰ ਹਾਮਾ ਤੋਂ 28 ਕਿਲੋਮੀਟਰ ਪੂਰਬ 'ਚ ਰਾਤ 11:56 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਮਾ ਦੇ ਸਿਹਤ ਅਧਿਕਾਰੀ ਨੇ ਇੱਕ ਰੇਡੀਓ ਸਟੇਸ਼ਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਦੇ ਝਟਕਿਆਂ ਤੋਂ ਡਰੇ ਕੁਝ ਲੋਕਾਂ ਦੇ ਸੁਰੱਖਿਅਤ ਥਾਂ 'ਤੇ ਭੱਜਣ ਦੌਰਾਨ 25 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਅਮਰੀਕਾ 'ਚ ਇੱਕ ਮਾਮਲੇ 'ਚ ਪੁਲਿਸ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ ਪਰ ਨਤੀਜਾ ਸਾਹਮਣੇ ਨਹੀਂ ਸੀ ਆ ਰਿਹਾ। ਹੁਣ ਇਸ ਮਾਮਲੇ 'ਚ ਦੋਸ਼ੀ ਨੂੰ 37 ਸਾਲ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ। ਇਹ ਮਾਮਲਾ ਸੰਨ 1987 'ਚ ਇੱਕ ਨਵਜੰਮੀ ਬੱਚੀ ਦੀ ਮੌਤ ਨਾਲ ਸੰਬੰਧਿਤ ਹੈ ਜੋ ਕੂੜੇ ਦੇ ਢੇਰ 'ਚੋਂ ਮਿਲੀ ਸੀ। ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਪੁਲਿਸ 37 ਸਾਲ ਪੁਰਾਣੇ ਇਸ ਮਾਮਲੇ ਨੂੰ ਸੁਲਝਾਉਣ 'ਚ ਲੱਗੀ ਹੋਈ ਹੈ। ਇਹ ਘਟਨਾ 13 ਅਕਤੂਬਰ 1987 ਦੀ ਸੀ ਜਦੋਂ ਇੱਕ ਆਦਮੀ ਰਿਵਰ ਸਾਈਡ 'ਚ ਰੀਸਾਈਕਲਿੰਗ ਲਈ ਕੁਝ ਚੀਜ਼ਾਂ ਲੱਭ ਰਿਹਾ ਸੀ। ਉਸ ਨੂੰ ਇੱਕ ਡੰਪਟਰ 'ਚ ਇੱਕ ਬੱਚੀ ਦੀ ਲਾਸ਼ ਮਿਲੀ। ਪੁਲਿਸ ਨੂੰ ਉਸ ਸਮੇਂ ਸੂਚਨਾ ਦੇਣ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਪਰ ਮਾਮਲਾ ਸੁਲਝ ਨਹੀਂ ਸਕਿਆ। ਸਾਲ 2020 'ਚ ਇੱਕ ਨਵੀਂ ਹੋਮੀਸਾਈਡ ਕੋਲਡ ਕੇਸ ਯੂਨਿਟ ਨੇ ਦੁਬਾਰਾ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ। ਕੋਲਡ ਕੇਸ ਯੂਨਿਟ ਨੇ DNA ਟੈਸਟਿੰਗ ਫਰਮ ਓਥਰਾਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਵੰਬਰ 2021 'ਚ ਸਬੂਤਾਂ ਤੋਂ DNA ਲੈ ਲਿਆ ਗਿਆ ਸੀ। ਇਸ ਦੀ ਜਾਂਚ ਸ਼ੁਰੂ ਕੀਤੀ ਗਈ। DNA ਦੀ ਮਦਦ ਨਾਲ ਉੱਤਰੀ ਕੈਰੋਲੀਨਾ ਦੀ ਸ਼ਾਰਲਟ ਤੋਂ 45 ਕੁ ਮੀਲ ਦੂਰ ਰਹਿਣ ਵਾਲੀ ਇੱਕ 55 ਸਾਲਾ ਮੈਲਿਸਾ ਜੀਨ ਐਲਨ ਅਵੀਲਾ ਨਾਮੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ DNA ਟੈਸਟਾਂ ਰਾਹੀਂ ਅਵੀਲਾ ਦੀ ਪਛਾਣ ਬੱਚੇ ਦੀ ਮਾਂ ਵਜੋਂ ਕੀਤੀ। ਪੁਲਿਸ ਨੇ ਕਿਹਾ ਕਿ ਬੱਚੇ ਦੀ ਮੌਤ ਦੇ ਸਮੇਂ ਅਵੀਲਾ ਦੀ ਉਮਰ ਤਕਰੀਬਨ 19 ਸਾਲ ਸੀ ਪਰ ਪੁਲਿਸ ਨੂੰ ਅਜੇ ਤੱਕ ਨਵਜੰਮੇ ਬੱਚੇ ਦੀ ਮੌਤ 'ਚ ਉਸ ਦੇ ਪਿਤਾ ਦੀ ਸ਼ਮੂਲੀਅਤ ਦੇ ਸਬੂਤ ਨਹੀਂ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਅਵੀਲਾ ਨੂੰ 7 ਅਗਸਤ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ 'ਚ ਅਵੀਲਾ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਤਵਾਦੀ ਸਮੂਹ ਹਮਾਸ ਨੂੰ ਗੱਲਬਾਤ ਦੀ ਮੇਜ਼ 'ਤੇ ਲਿਆਉਣ ਲਈ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨਾਲ ਗੱਲਬਾਤ ਕੀਤੀ। ਅਮਰੀਕਾ ਦੇ ਜ਼ੋਰ 'ਤੇ ਵੀਰਵਾਰ ਨੂੰ ਕਤਰ ਦੇ ਦੋਹਾ 'ਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਅਪ੍ਰਤੱਖ ਸ਼ਾਂਤੀ ਵਾਰਤਾ ਹੋਣੀ ਹੈ। ਕਤਰ ਅਤੇ ਮਿਸਰ ਅਮਰੀਕੀ ਪ੍ਰਤੀਨਿਧਾਂ ਦੇ ਨਾਲ ਗੱਲਬਾਤ ਦਾ ਹਿੱਸਾ ਹੋਣਗੇ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਬਲਿੰਕਨ ਨੇ ਮੰਗਲਵਾਰ ਸਵੇਰੇ ਕਾਲ ਕੀਤੀ ਅਤੇ ਤੁਰਕੀ ਸਰਕਾਰ ਨੂੰ ਸ਼ਾਂਤੀ ਵਾਰਤਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਗੌਰਤਲਬ ਹੈ ਕਿ ਹਮਾਸ ਦੀ ਲੀਡਰਸ਼ਿਪ ਨਾਲ ਤੁਰਕੀ ਦੀ ਚੰਗੀ ਸਾਂਝ ਹੈ ਅਤੇ ਅੱਤਵਾਦੀ ਲਹਿਰ ਦੇ ਕਈ ਸੀਨੀਅਰ ਆਗੂ ਤੁਰਕੀ 'ਚ ਰਹਿੰਦੇ ਨੇ। 31 ਜੁਲਾਈ ਨੂੰ ਤਹਿਰਾਨ 'ਚ ਹਮਾਸ ਦੇ ਸਿਆਸੀ ਬਿਊਰੋ ਦੇ ਮੁਖੀ ਇਸਮਾਇਲ ਹਨੀਹ ਦੀ ਹੱਤਿਆ ਤੋਂ ਬਾਅਦ ਮੱਧ ਪੂਰਬ 'ਚ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ। ਇਜ਼ਰਾਈਲ ਉੱਤੇ ਵੱਡੇ ਹਮਲੇ ਦੀ ਨਿਸ਼ਚਿਤਤਾ ਦੇ ਨਾਲ ਅਮਰੀਕਾ ਨੇ ਅਸਿੱਧੇ ਸ਼ਾਂਤੀ ਵਾਰਤਾ ਲਈ ਪਹਿਲ ਕੀਤੀ। ਹਾਲਾਂਕਿ ਹਮਾਸ ਨੇ ਐਤਵਾਰ ਨੂੰ ਗੱਲਬਾਤ 'ਚ ਸ਼ਾਮਲ ਹੋਣ 'ਤੇ ਆਪਣੀ ਖਦਸ਼ਾ ਜਿਤਾਇਆ ਅਤੇ ਵਿਚੋਲੇ ਨੂੰ ਗੱਲਬਾਤ ਦੇ ਨਵੇਂ ਦੌਰ 'ਚ ਦਾਖਲ ਹੋਣ ਦੀ ਬਜਾਏ ਪਿਛਲੀ ਵਾਰਤਾ ਦੇ ਆਧਾਰ 'ਤੇ ਇੱਕ ਯੋਜਨਾ ਪੇਸ਼ ਕਰਨ ਲਈ ਸੂਚਿਤ ਕੀਤਾ। ਇਸ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਪੂਰੀ ਤਰ੍ਹਾਂ ਨਾਲ ਗੱਲਬਾਤ ਜਾਰੀ ਰਹਿਣ ਦੀ ਉਮੀਦ ਕਰਦਾ ਹੈ ਅਤੇ ਇਸ ਮਾਮਲੇ ਦੇ ਸੰਭਾਵਿਤ ਹੱਲ ਦੀ ਉਮੀਦ ਕਰ ਰਿਹਾ ਸੀ। ਉਸਨੇ ਇਹ ਵੀ ਕਿਹਾ ਕਿ ਅਮਰੀਕਾ ਪੂਰੀ ਤਰ੍ਹਾਂ ਨਾਲ ਗੱਲਬਾਤ ਦੇ ਅੱਗੇ ਵਧਣ ਦੀ ਉਮੀਦ ਕਰਦਾ ਹੈ ਅਤੇ ਸੌਦੇ ਨੂੰ ਸਿੱਟੇ 'ਤੇ ਲਿਆਉਣ ਲਈ ਸਾਰੀਆਂ ਗੱਲਬਾਤ ਕਰਨ ਵਾਲੀਆਂ ਧਿਰਾਂ ਮੇਜ਼ 'ਤੇ ਵਾਪਸ ਆ ਗਈਆਂ ਨੇ। ਉਪ ਬੁਲਾਰੇ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕੀ ਗੱਲਬਾਤ ਹਮਾਸ ਦੀ ਸ਼ਮੂਲੀਅਤ ਤੋਂ ਬਿਨਾਂ ਅੱਗੇ ਵਧੇਗੀ ਜਾਂ ਨਹੀਂ। ਇਹ ਸਨ ਹੁਣ ਤੱਕ ਦੀਆਂ ਖਬਰਾਂ 'ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ।
110,000 ਪ੍ਰਵਾਸੀਆਂ ਨੂੰ ਕੈਨੇਡਾ ਦੀ PR ਲਈ ਮਿਲੇ ਸੱਦਾ ਪੱਤਰ। ਐਕਸਪ੍ਰੈਸ ਐਂਟਰੀ ਅਧੀਨ PR ਮਿਲਣ ਦੀ ਗਿਣਤੀ 2.5 ਗੁਣਾ ਹੋਈ। ਐਲਬਰਟਾ ਵੱਲੋਂ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਤਬਦੀਲੀ ਦਾ ਐਲਾਨ। PR ਲਈ ਨਵੀਂ ਅੰਕ ਆਧਾਰਿਤ ਪ੍ਰਣਾਲੀ 30 ਸਤੰਬਰ ਤੋਂ ਹੋਵੇਗੀ ਸ਼ੁਰੂ। ਕੈਨੇਡਾ ਤੋਂ ਲੁੱਟੇ 400 ਕਿਲੋ ਸੋਨੇ ਦਾ ਕੇਸ ਅਮਰੀਕਾ 'ਚ ਵੀ ਸ਼ੁਰੂ। ਪੈਨਸਲਵੇਨੀਆ ਪੁਲਿਸ ਦੀ ਹਿਰਾਸਤ 'ਚ ਹੈ ਇੱਕ ਕੈਨੇਡੀਅਨ। ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਨਾਲ ਵਰਤ ਗਿਆ ਭਾਣਾ। ਗੱਡੀ ਦੀ ਫੇਟ ਵੱਜਣ ਨਾਲ ਹੋਈ ਡਰਾਈਵਰ ਦੀ ਦਰਦਨਾਕ ਮੌਤ। ਇਸ ਦੇ ਨਾਲ ਹੀ ਆਪਣੀ ਤਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।